भाई हालत टाइम देखियो देखियो लाला ये अबू बकर जी ए कबूतर बैठा हूं 4:17 ते लभदा पिया 4:17 ते कबूतर बैठ गए ते एक और है ये हाँ जी लग गया अपना की नाम भाई तेरा गड्डी दे विचों ना चार्जर लेके ना एदा ते इनू डिवाइस नू अंदर किसी कमरे दे विच ला दे की ख्याल है लगा ते होया चलो एडवांस ही अपना ला दो अगर चार्ज हो जाएगी तो चलो इस्तेमाल ही होनी ना अपने 4:17 ਦੇ ਉੱਤੇ ਕਬੂਤਰ ਬੈਠਾ ਔਰ ਇੱਕ ਉੱਪਰ ਹੋਰ ਨਿਕਲ ਆਇਆ ਯਾਨੀ ਕਿ ਟੋਟਲ ਜਿਹੜੇ ਕਬੂਤਰ ਨੇ ਉਹ ਬਹੁਤ ਅੱਛਾ ਬੈਠਾ ਹੈ ਹੁਣੀ ਬੈਠਾ ਹੀ ਹੈ 4:00 माशाल्लाह बड़ा हरा कबूतर बैठा हाँ जी आ गए पता लग गया मालक भाई की पोजीशन जा रही है दूसरी साइड ते की पोजीशन जे 86 बैठे 86 उधर बैठे ने ते 95 इधर बैठे 95 इधर बैठे हैं ठीक हो गया कैसर भाई नु जरा इधर बुलाओ अपने कोल कोई गपशप लाइए लाइव कैसर भाई आना जरा एक मिनट एक तरतीब सीधी कर लो फिर थोड़ा पिछे कर लो छां ही है बड़ा जोशीला और बड़ा बेहतरीन शौक करने वाला पंजाब दा एक बहुत बड़ा नाम है माशाल्लाह और अज साडी खुशकिस्मती है कि अज इन्हां दे नाल साडी मुलाकात भी हो गई और इन्हां नाल मिल के बड़ा मजा आया और मजीद गपशप करते हैं इन्हां दे नाल कबूतर भी उत्ते एक निकलिया होया होर नजर आ रहा है अस्सलाम वालेकुम कैसर भाई जी वालेकुम क्या हाल चाल है ठीक ठाक हो खैर खरी है सर वालेकुम असलाम सर जी तुहाडे इस इलाके दे विच इतना ग्रैंड किस्म दा शौक हो रहा है और मेरा ख्याल है कि पूरे पंजाब दे विच पूरे पाकिस्तान दे विच वाह दो ही बंदे जिहड़े इस लेवल दा शौक करदे है ਤੁਸੀਂ ਵੀ ਆਏ ਹੋ ਬਾਹਰੋਂ ਤੇ ਆ ਕੇ ਤੁਹਾਡੇ ਕੋਲ ਰਿਹਾ ਨਹੀਂ ਗਿਆ ਤੁਸੀਂ ਕਿਹਾ ਜਾ ਕੇ ਦੇਖੀਏ ਤੇ ਤੁਸੀਂ ਕਿਸ ਨਜ਼ਰੀ ਨੇ ਕਿਸ ਅੰਦਾਜ਼ ਨੇ ਇਹਨਾਂ ਨੂੰ ਦੇਖਦੇ ਹੋ ਜੀ ਪਾਕਿਸਤਾਨ ਦੀ ਕਿ ਮੇਰੇ ਖਿਆਲ ਪਾਕਿਸਤਾਨ ਦੀ ਹਿਸਟਰੀ ਵਿੱਚ ਇਸ ਤਰ੍ਹਾਂ ਦਾ ਕੋਈ ਕਿਸੇ ਬੰਦੇ ਨੇ ਨਾ ਟੂਰਨਾਮੈਂਟ ਹੋਇਆ ਨਾ ਕਿਸੇ ਸ਼ੋਅ ਕੀਤਾ ਕਿ 105 ਕਬੂਤਰ ਮੇਰੇ ਖਿਆਲ ਇਸ ਟਾਈਮ ਸਤਾਦਾਂ ਦੇ ਖੁੱਡਿਆਂ ਵਿੱਚ ਮੇਰਾ 20 ਹੋਣੇ ਨੇ ਕਬੂਤਰ ਜੀ ਬਿਲਕੁਲ ਇਸ ਤਰ੍ਹਾਂ ਹੀ ਇਹਨਾਂ ਨੇ 105 ਕਬੂਤਰ ਉਡਾ ਕੇ ਤੇ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਜਿੰਦਾਬਾਦ ਦੂਸਰਾ ਇਹ ਹੈ ਕਿ ਅੱਛਾ ਸ਼ੋਅ ਹੋ ਰਿਹਾ ਹੈ ਇਹਨਾਂ ਦੇ ਬੰਦੇ ਉਧਰ ਬੈਠੇ ਨੇ ਉਹਨਾਂ ਦੇ ਇਧਰ ਬੈਠੇ ਨੇ ਜੀ ਤੇ ਡਿਸਪਲਿਨ ਦੇ ਨਾਲ ਕੋਈ ਮਤਲਬ ਹੈ ਕਿ ਜਿਹੜੀ ਕਾਨੂੰਨ ਦੀ ਕੋਈ ਖਿਲਾਫ ਵਰਦੀ ਨਹੀਂ ਹੋ ਰਹੀ ਜੀ ਬੰਦਾ ਇੰਜੋਏ ਕਰ ਰਿਹਾ ਬਿਲਕੁਲ ਠੀਕ ਬਾਹਰ ਦੇਖੋ ਬੰਦੇ ਕਿਤਨੇ ਬੈਠੇ ਨੇ ਚੌਹਾਂ ਪਾਸੇ ਹਾਂਜੀ ਸਵੇਰ 5 ਵਜੇ ਤੇ ਵੀਡੀਓ ਦੇਖੀ ਤੁਸੀਂ ਜੀ ਜੀ ਇੰਨਾ ਜਜ਼ਬਾ ਆ ਬੰਦਿਆਂ ਨੂੰ ਕਿ ਦੇਖਣ ਵਾਲੇ ਆਏ ਨੇ ਕਿ
ਬੜੀ ਅੱਛੀ ਗੱਲ। ਬਾਕੀ ਤੁਹਾਡੇ ਕੈਸਰ ਬਾਈ ਕਿਹਨੇ ਕਿਹੜੇ ਨਾਲ ਮੁਕਾਬਲੇ ਤੈਅ ਹੋਏ ਨੇ ਇਸ ਦਫਾ, ਔਰ ਕੈਸਾ ਸ਼ੌਕ ਕਰਨ ਦਾ ਰਾਦਾ ਕੀ ਕਹਿ ਰਹੇ ਜੀ? ਸਾਡੇ ਬਹੁਤ ਅੱਛੇ ਸ਼ਿਕਾਰੀ ਨੇ ਭਾਈ ਨੇ ਆਪਣੇ ਜੀ, ਚੇਤਰ ਵਿੱਚ ਵੀ ਸ਼ੌਕ ਹੋਇਆ, ਚੇਤਰ ਵੀ ਤੇ ਮਾਸ਼ਾਅੱਲਾ ਬਹੁਤ ਵਧੀਆ ਦੜ ਰਿਹਾ। ਹਾਂ ਅੱਗੋਂ ਕੋਈ ਵਿੱਚ ਥੋੜ੍ਹੀ ਜਿਹੀ ਕਹਿ ਲਓ ਕਿ ਭੋਤਗੀ ਉਹਦੀ ਵਜ੍ਹਾ ਤੋਂ ਵਿਸਾਰ ਹੈ, ਚੇਤਰ ਕੈਂਸਲ ਕਰ ਦਿੱਤੀਆਂ ਸੀ ਜੀ, ਤੇ ਜੇਠ ਦੇ ਵਿੱਚ ਹੁਣ 20 ਘਰਾਂ ਨਾਲ ਵੱਧੀਆਂ ਸਾਡੀਆਂ ਜਿਹਦੇ ਵਿੱਚ ਹਾਣ ਅਮਜਦ ਸਾਹਿਬ ਬੈਠੇ ਜੀ ਮਾਸ਼ਾਅੱਲਾ, ਕਿਉਂ ਭਾਈ ਗੁਲਨਾਥ ਨੇ, ਮਾਸਟਰ ਨੋਨੀ ਸਾਹਿਬ ਨੇ ਜੀ, ਉਧਰੋਂ ਜਨਾਬ ਸੇਠ ਅਖਤਰ ਭਗਵਾਲ ਸਾਹਿਬ ਨੇ, ਅੱਛਾ ਜੀ, ਜਾਜ ਜੈਂਟ ਨੇ, ਅੱਛਾ ਜੀ, ਚੌਧਰੀ ਫਿਆਜ਼ ਹੈ ਉਧਰੋਂ ਤਕਰੀਬਨ, ਹਾਲਾਂਕਿ ਮੇਰੇ ਤੇ ਭਾਈ ਨੇ ਰਾਜਾ ਕਾਕਾ ਦੇ ਸ਼ਗਿਰਦ ਨੇ ਜੀ, ਪਾਰਟੀ ਨਾਲ ਹੀ ਜ਼ਿਆਦਾ ਸ਼ੌਕ ਹੈ, ਅੱਛਾ ਜੀ, ਤਕਰੀਬਨ 20 ਕਾਰਾਂ ਨਾਲ ਹੈ ਪਰ ਮਾਸ਼ਾਅੱਲਾ ਸਾਰੇ ਲਾਮ ਲਾ ਕੇ ਕਿਸੇ ਦਾ ਨਾਂ ਵਿੱਚ ਨਹੀਂ ਲਿਆ ਤੇ ਮਾਦਰਤ ਫਿਰ ਬੰਦੇ ਆਉਂਦੇ ਜੀ ਸਾਡਾ ਨਾਂ ਨਹੀਂ ਲਿਆ ਕਿਉਂ, ਉਡਦੇ ਹੋਏ ਸਨ ਉਸਲੇ ਪਤਾ ਲੱਗਦਾ ਮਲਿਕ ਜ਼ਫਰ ਬੰਦਾ ਹੈ, ਹਰ ਰੋਜ ਨੂੰ ਜ਼ਵਾਲ ਵੀ ਹੈ ਕਬੂਤਰਬਾਜ਼ੀ ਦੇ ਵਿਚ ਮਸ਼ਹੂਰ ਅਗਰ ਹਰ ਸਾਡੇ ਜ਼ਿਲ੍ਹੇ ਗੁਜਰਾਤ ਵਿਚ ਬੰਦਾ ਜੀ ਉਹ ਭਾਈ ਜ਼ਫਰ ਸਿੰਘ, ਤੇ ਇਹਨਾਂ ਤੋਂ ਅਸੀਂ ਸੱਚੀ ਪੁੱਛੋ ਤੇ ਬੜਾ ਸਬਕ ਸਿਹੇ ਜਾ ਭਾਈ ਆਰਫ ਦੇ ਬੈਠੇ ਜੰਗ ਸ਼ੇਰ ਬਜ਼ੁਰਗ ਜਿਹੜੇ ਬਜ਼ੁਰਗਾਂ ਦਾ ਤਾਰਫ ਕਰਾਓ ਜੀ, ਜੰਗ ਸ਼ੇਰ ਦਾ ਕਰਾਓ, ਅੱਛਾ ਜੀ, ਇਹਨਾਂ ਦਾ ਮੈਂ ਕਰਾਇਆ ਤਾਰਫ, ਉਸਤਾਦ ਜੰਗ ਸ਼ੇਰ ਜਾ ਮਾਸ਼ਾਅੱਲਾ ਠੀਕ ਹੋ ਗਿਆ, ਖਾਨ ਸਾਹਿਬ ਵੀ ਤਾਰਫ ਕਰਾਣਗੇ, ਖਾਨ ਸਾਹਿਬ ਕਰਾਓ ਜੀ, ਸਾਡੇ ਬਾਬੇ ਬਸ਼ੀਰ ਸਾਹਿਬ ਨੇ ਵੀ ਕੀ ਇਹਨਾਂ ਜਾਣਾ ਤੇ ਜਾਣਾ ਨੇ ਸ਼ਾਨ ਹੈ, ਬੜਾ ਕਬੂਤਰਬਾਜ਼ੀ ਦੇ ਵਿੱਚ ਇਹਨਾਂ ਦਾ ਨਾਂ ਰਿਹਾ ਤੇ ਇਸ ਇਲਾਕੇ ਦੇ ਵਿੱਚ ਇਹਨਾਂ ਬਹੁਤ ਅੱਛਾ ਸ਼ੋਅ ਕੀਤਾ, ਬੜਾ ਅੱਛਾ ਕੀਤਾ, ਮਾਸ਼ਾਅੱਲਾ ਹੁਣ ਵੀ ਸਾਡੇ ਨਾਲ ਸ਼ੋਅ ਕਰਦੇ ਨੇ, ਆਪਣੇ ਘਰੋਂ ਤੇ ਬਾਜ਼ੀ ਇਹਨਾਂ ਖਤਮ ਕਰ ਛੱਡੀ ਹਨ, ਇਹਨਾਂ ਦੇ ਘਰ ਦੇ ਬੱਚੇ ਮੇਰੇ ਘਰ ਸ਼ਾਮ ਸ਼ਾਮ ਤੱਕ ਪਰਵਾਜ਼ਾ ਕੀਤਾ ਜਾਂਦਾ ਤੇ ਬਹੁਤ ਅੱਛਾ ਲੋਕਾਂ ਦਾ ਕਾਰਨ ਇਹਨਾਂ ਦਾ, ਬਿਲਕੁਲ ਠੀਕ ਬਿਲਕੁਲ ਠੀਕ ਠੀਕ ਜੀ, ਉਸਤਾਦ ਪਗਬਾਨ ਬੈਠੇ ਭਾਈ ਪਗਬਾਨ, ਉਸਤਾਦ ਜੀ ਇਹ ਨਾਂ ਕੀ ਹੈ ਤੁਹਾਡਾ ਪਗਬਾਨ ਨੇ ਜ਼ਰਾ ਦੱਸੋ ਜ਼ਰਾ ਦੋਸਤਾਂ ਨੂੰ, ਕਿ ਮੁਹੰਮਦ, ਅੱਛਾ ਜੀ, ਤੇ ਪਗਬਾਨ ਦਾ ਕੀ ਕਿਸ, ਅੱਛਾ ਕੀ, ਅੱਛਾ ਮਤਲਬ ਕੀ ਕੀ ਕਬੂਤਰਬਾਜ਼ੀ ਕੀਤੀ ਜਿਹਦੀ ਵਜ੍ਹਾ ਤੋਂ ਇਹ ਨਾਮ ਪਿਆ, ਅੱਛਾ 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 ਉੱਥੇ ਕਬੂਤਰਬਾਜ਼ੀ ਇਹ ਕਿ ਪਹਿਲਾਂ ਮੋਰੀ ਹੈ ਫਿਰ ਉਸਤਾਦ ਨੇ ਫਿਰ, ਮੈਂ ਸਮਝ ਗਿਆ ਬਿਲਕੁਲ ਠੀਕ, ਜਾਂ ਬਾਜ਼ੀ ਇਹ ਥੜਾ ਬਾਜ਼ੀ ਨਹੀਂ ਹੁੰਦੀ ਤਾਂ ਠੀਕ ਹੈ, ਅੱਛਾ ਅੱਛਾ ਅੱਛਾ, ਜਾਂ ਉਸਤਾਦ ਨੇ ਲਾਣੀ ਹੈ ਉੱਤੇ ਮੋਰੀ ਹੈ ਬੈਠੇ ਨੇ ਜਿਹੜਾ ਵੱਡਾ ਉਹਨਾਂ ਨੇ ਠੀਕ ਹੋ ਗਿਆ ਠੀਕ ਹੋ ਗਿਆ ਠੀਕ ਹੋ ਗਿਆ, ਉਹ ਜੀ ਮਾਸ਼ਾਅੱਲਾ ਬੜੇ ਸੀਨੀਅਰ ਬੰਦੇ, ਬੜੇ ਅੱਛੇ ਸ਼ੌਕੀਨ ਬੰਦੇ ਸਾਰੇ ਅੱਜ ਇੱਥੇ ਮੌਜੂਦ ਨੇ, ਹਾਂਜੀ ਆ ਬਿਲਕੁਲ ਸਾਹਮਣੇ ਆਇਆ, ਹਾਂਜੀ ਆ ਸਾਹਮਣੇ ਆ, ਪਰ ਰੋਕਦਾ ਪਿਆ ਘੁੰਮਦਾ ਪਿਆ, ਬਿਲਕੁਲ ਸਾਹਮਣੇ ਆ ਗਿਆ, ਤਿੰਨ 313 ਵਾਚਿੰਗ ਵਿਊਜ਼ ਨੇ ਸਾਡੇ ਨਾਲ, ਹਸਨ ਹਸਨ ਬਾਈ ਜਲਾ ਦਿਆ ਉਹਨਾਂ ਨੇ ਜਨਰੇਟਰ, ਇਸਕੋ ਚਾਰਜਿੰਗ ਪੇ ਲਗਾ ਲਓ, ਡਿਵਾਈਸ ਕੋ ਲਗਾ ਲਓ, ਸ਼ਾਬਾ ਜਲਦੀ ਜਲਦੀ, ਇੱਕ ਉੱਪਰ ਆ ਗਿਆ ਫਿਰ ਕਬੂਤਰ, ਜੀ ਸਰ ਇੱਕ ਗੱਲ ਹੈ ਕਿ ਇਸ ਤੋਂ ਬਾਅਦ ਦੇਖੋ ਜਿਤਨੀ ਗਰਮੀ ਪਈ ਹੈ ਜੀ, ਤੇ ਉਸਤਾਦ ਸਾਹਿਬਾਨ ਵੀ ਕਹਿ ਲੋ ਕਿ ਅੰਦਰ ਵੜ ਗਏ ਨੇ,
ਠੀਕ ਹੈ ਇਸ ਮੌਸਮ ਦੇ ਜੀ ਵੇਖੋ ਗਰਮਾ ਗਰਮੀ 105 ਕਬੂਤਰ ਉਡਾਣੇ ਬੜੀ ਗੱਲ ਠੀਕ ਹੈ ਬੜੇ ਹੌਸਲੇ ਦੀ ਗੱਲ ਹੈ मौसम नरम हो कबूतर शाम रहे 8 बजे 10 बजे 12 बजे कबूतर बैठ के मरते रहे ने उस्ताद मैं समझना शिकारियां दे कोई कबूतर भी फेल हो गए ने बंदे दी सोच मुक गई जी कबूतर घर आके बंदे ने बंदे को सांभण नहीं होंदे बड़ी मेहरबानी जी सैयद इमरान रजा साहब बहुत शुक्रिया देखो सर जी मलक बरादरां लई की कहना चाहोगे तुहाडा तलक भी है सारी राजा पार्टियां तुहाडा शौक हुंदा इन्हां दा तुहाडा शौक भी नहीं हुंदा बाजी लग जानी जेठ मकसद इन्ने कबूतर ही नहीं होते बंद बाद मेरी भी करना पा दी मेरे को 20-25 कबूतर रह गए 105 कबूतर उड़ा के एक मिसाइल काम कर दी है मतलब है मेरा हिस्सा भी जगू किसी उड़ाने नहीं उड़ा अगे उस्ताद मोइन वाज दा सुनदे हुंदा सन कि वो बड़े जशीले थे जनाब जिस तरह को बाजी बदल आए कहंदा आ जाओ लेकिन एदे तो वड्डा इवेंट मेरे हाल नहीं हो सकदा नहीं हो सकदा 5 कबूतरां दे किस्से लिखे साल पाई गया सर जी दूसरा साल ए 2000 मेरा 20 विच उड्डे पहले इक ते हुण 22 विच उड्डे जिंदाबाद पूरे पाकिस्तान तू मेरे पुत्तर नूं पानी लिया के पिया मैं ठंडा पानी साफ गिलास लिया के मोबाइल किधर गया कबूतर जेड़ा उपर कबूतर गया किधर गया लभ के दस फटाफट शुक्रिया भाई जान बहुत थैंक यू जी भाई ने पिछे बैठे साडे शौक देखने आए ने हेलो गिलास बेटा शुक्रिया बस ओ सामने कबूतर आ गया हाँ जी मिल गया बड़ा मजा आया यही है जी बस भाई ऐसे ही लाइट ऑफ हो गई थी ना इस वजह से काफी कबूतर टूट के आ गए नीचे ऐ कबूतर आ गए बहुत आला कुंदा चला रहे कबूतर
काफी उच्चा है कबूतर। दसवां जिहड़ा कबूतर है 10 उपर ने, ठीक है, ते एक जिहड़ा ओह सामने आया, ते 9 जिहड़े ने ओह बंद ने। पिछले टाइम अक्सर तूफान आ गया टक लिया मरना पै जाना जे भैन नेर ला गया मौसम भी जड़ा ना वो ठीक नहीं, सारा काला और ब्लू कलर का जड़ा ना बदल चढ़े आ रहा। जी भाई फिर जो भी करोगे ना कर देना। थैंक यू। देखो जी जी सही कह रहे हो तुसी सैयद साजिद हुसैन साहब। कबूतर के सामने इस तो बाद 9 कबूतर होर ने उपर। जाने में बैठ गया ना ये बात।
हां जी बहुत ही पिछे मौसम खराब हो गया जी अबू जी वालेकुम सलाम शुक्र अल्लाह का तुसी सुनाओ नहीं हले हो रहा है तूफान आया इधर हले बड़ा जालम किस्म का कबूतर उड़ते पे अभी कवरेज कर रहे हैं लाइव खोल के देखो पूरे फेसबुक खोल के लाइव देखो ना उत्थे देख रहे हैं आ जाओ उड़ते पे और नहीं मसला क्यों नहीं है मसला हर शख्स नु आ चीज नु मसला पर मैं लाइव है ना बाद में बात करता हूँ फेसबुक पे खोल के देखो आप ओके बड़ी दलेरी है इस कबूतर की बड़ी हाइट ते सी है अपने पर स्कूले कोई भरा टुर जाओ
आ गया आ गया। कार वीडियो कार जिंदाबाद माशाल्लाह 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 क्या बात है वंडरफुल बब्बर सिंह बहुत खराब है मौसम कितना लग रही है आ रही है बस ठीक है नजर आ रही है
666 बड़ी दलेर कबूतरी है माशाल्लाह, पूरे जोर ना बरीकी दे विच खड़ी सी तूफान तो पहले, और तूफान नू देख के अपनी एक तय बना के अपनी एक लाइन बना के बड़ी पावर नाल समझदारी ना अकलमंदी दे नाल जड़ी निकल के आई और दाद दे काबल है कबूतरी। किसी दलेर कबूतर किसी बंदे ने देखने होन ते उन्हां दे विच आ कबूतरी दा नाम हुण बैठेगी इंशाल्लाह। चल 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 शाबाश शाबाश बैठ 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 चल शाबाश 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 वाचिंग व्यूज आज दे रिकॉर्ड अल्हम्दुलिल्लाह वाचिंग व्यूज वाचिंग व्यूज। सुबह जो कर रहा सी तो उस वक्त मैं क्या सी 500-600 बंदा होएगा, लेकिन अल्हम्दुलिल्लाह वीडियो दी देखने नाल क्लिप लाने नाल या दोस्तों दे शेयर करने नाल और मजा भी बड़ा आ रहा कबूतरी दी ये सारियां चालां चलन दा। बड़े जोर ला के बड़ी ताकत ना बड़ी समझदारी ना हर एंगल तो बहन की कोशिश कर रहे हैं। 845 तूफान भी बहुत तेज है, हवा भी बहुत तेज है। 860 माशाल्लाह इमरान भाई अली कबूतरी बैगी 455 थे और 941 व्यूज है माशाल्लाह। हवा इन तेज ही बनेरे दे नाल खलोतिया मैं मेनू भी चक्कर आ गया, हवा की स्पीड ही इतनी फास्ट सी और दोस्त भी सारे बड़े माशाल्लाह। देखो तुसी 957 ने मेरा हल बन के हो ही जाएगा, 1K हो जाएगा।
962 तूफान भी कहना मैं ही हाँ तो कबूतर भी जड़े ने कहते ने असं बहना ही बहना घर माशा ਇਹਦਾ ਮੈਂ ਤੁਹਾਨੂੰ ਫੜ ਕੇ ਵੀ ਸ਼ੌਕ ਕਰਾਉਂਦਾ ਜੀ ਇਸ ਮਾਦੀ ਦਾ ਉਹਨੇ ਪਹਿਨੀ ਹੈ ਨਾ ਤੁਹਾਨੂੰ ਫੜ ਕੇ ਇਹਦਾ ਸ਼ੌਕ ਕਰਾਉਂਦਾ ਇਹਦੇ ਪਾਰਕ ਹੁੰਦੇ ਜਿਹੜਾ ਇਹਦੀ ਅੱਖ ਦਾ ਇਹਦੇ ਜਿਸਮ ਦਾ ਇਹਦਾ ਪੂਰਾ ਤੁਹਾਨੂੰ ਸ਼ੌਕ ਕਰਾਵਾਂਗਾ ਇਨਸ਼ਾ ਅੱਲਾਹ ਤੂਫਾਨ ਕੀ ਕਰ ਰਿਹਾ ਦੇਖੋ ਕੀ ਹਾਲ ਹੈ ਤੂਫਾਨ दोस्तों सारे एक एक बार शेयर करो ताकि 1K हो गए सारे दोस्त एक एक दफा इस वीडियो में शेयर कर लो तो 1K हो जाए तो मजा आ जाएगा साड़ी मेहनत का भी रिकॉर्ड लग जाएगा इंशाल्लाह मालक भाई अपने किन्ने कबूतर बैठ गए ते तुहानू इस कबूतरी दे बहन दी बहुत बहुत मुबारक होवे इन्हें सारे दिन दी साडी थकन ला दित्ती है जिहड़ी गर्मी या जो कुछ सानू लग रहा सी ना मौसम ते खराब होया लेकिन ओहदे बहन दा भी कमाल नहीं जवाब नहीं ते किन्ने कबूतर अपने बैठ गए तुसीं किन्ने कबूतर बैठे ने छियानवे कबूतर बैठे ने ते दूसरी साइड दे उपर उहनां दे की रिपोर्ट है छियासी उहनां दे बैठे ने ठीक हो गया चलो अल्लाह ताला खैर करे मौसम दा हार्ड लक चल रही है लेकिन कबूतर जेड़े है कबूतर ऊपर निकले सी वो ये कोली परते पे हां जी वो मौसम खराब दी वजह से जरा आगे पीछे ने इस तरह निकलदे ने ए नाल एडी भाई ने उधरों दूसरी साइड तो मुमसफ ने गुलनाज भाई जी अस्सलाम वालेकुम जी सर जी कैसा लगा सिलसिला कबूतरी दे बैठ दी कैसी मजा माशाल्लाह बहुत अच्छी माशाल्लाह मुबारक देने भाई मालिक नु भाई यार माशाल्लाह जिंदाबाद जिंदाबाद तुसी भी मुनसिबी का हक अदा कर दिता है वेरी गुड वेल डन लो जी माशाल्लाह सुबह दे देख रहे एडी भाई नूं बुजुर्ग ने और बड़ी ड्यूटी दे रहे ने और कबूतर बकाया जेड़े ने तूफान दी नजर होए ने फिलहाल ते अल्लाह ताला खैर करे अच्छा 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 माशाल्लाह लाहौर दी बड़ी नामवर शख्सियत अस्सलामुअलैकुम डॉक्टर साहब क्या हाल चाल खुशी हुई तुहानूं मिल के अज किस तरह सरप्राइज दिता तुसीं
लाइव होने थोड़े न एक चीज नजर आती है सिलसिला नजर आता है कबूतर नजर आता तो फिर दोबारा तुम जराइव शॉक करवाते हैं अपना ख्याल रखियो इंशाल्लाह दोबारा कोई कबूतर निकलता है या सामने आता है तो शॉक कराने इंशाल्लाह अल्लाह हाफिज़।